ਕਿ ਸਰੀ ਪੁਲਿਸ ਦਾ ਕਦਕਾਰੀ ਜਿਹੜਾ ਜੀ ਉਹ ਲੈਂਗਲੀ ਕਨ ਰੇਂਜ ਵਿਖੇ ਜਾਨ ਤੇ ਆ ਗਿਆ ਆਪਣੀ ਸੋ ਕਤਨਾ ਵੇਲੇ ਉਹ ਕੰਮ ਦੇ ਉੱਤੇ ਨਹੀਂ ਸੀਗਾ ਪੁਲਿਸ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ ਉਸ ਨੇ ਖੁਦ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਮਤਲਬ ਕਿ ਆਪਣੀ ਜਾਨ ਉਹਨੇ ਖੁਦ ਹੀ ਲਈ ਆ ਸਰੀ ਦਾ ਗਵੰਡੀ ਸ਼ਹਿਰ ਲੈਂਗਲੀ ਲੈਂਗਲੀ ਦੇ ਵਿੱਚ ਬਹੁਤ ਵੱਡੀ ਗਨ ਰੇਂਜ ਆ ਜਿੱਥੇ ਤੁਸੀਂ ਜਾ ਕੇ ਆਪਣੀ ਗਨ ਵੀ ਨਾਲ ਲਿਜਾ ਸਕਦੇ ਆ ਜਾ ਕੇ ਗੂਲੀਆਂ ਚਲਾ ਸਕਦੇ ਆ ਜੇਕਰ ਤੁਹਾਡੇ ਕੋਲ ਲਾਇਸੈਂਸ ਨਹੀਂ ਵੀ ਹੈਗਾ ਉਹ ਤੁਹਾਨੂੰ ਉੱਥੇ ਗਨ ਜਿਹੜੀ ਆ ਰੈਂਟ ਤੇ ਵੀ ਦੇ ਦਿੰਦੇ ਆ ਉਹਨਾਂ ਦਾ ਕੁਝ ਸਿਸਟਮ ਹੈਗਾ ਕੁਝ ਸ਼ਰਤਾਂ ਹੈਗੀਆਂ ਤੁਸੀਂ ਜਾ ਕੇ ਆਪਣੀਆਂ ਅਡੜ ਤਰੀਕੇ ਦੀਆਂ ਗੰਨਾਂ ਉੱਥੋਂ ਲੈ ਕੇ ਚਲਾ ਕੇ ਦੇਖ ਸਕਦੇ ਆ ਸੋ ਪਤਾ ਲੱਗਾ ਕਿ ਇਹ ਨੌਜਵਾਨ ਪੁਲਿਸ ਅਧਿਕਾਰੀ ਜਿਹੜਾ ਉਸ ਵੇਲੇ ਕੰਮ ਤੇ ਨਹੀਂ ਸੀਗਾ ਉੱਥੇ ਗਿਆ ਤੇ ਉਸ ਤੋਂ ਬਾਅਦ ਜਾ ਕੇ ਉਹਨੇ ਜਿਹੜੀ ਆਪਣੀ ਜਾਨ ਉੱਥੇ ਲੈ ਲਈ ਵੇਰਵੇ ਕੁਝ ਸਾਡੇ ਕੋਲ ਮੌਜੂਦ ਆ ਪਰ ਜਿੰਨਾ ਚਿਰ ਪੁਲਿਸ ਜਿਹੜੀ ਇਹ ਜਾਣਕਾਰੀ ਜਨਤਕ ਨਹੀਂ ਕਰਦੀ ਅਸੀਂ ਦੱਸਣਾ ਨਹੀਂ ਚਾਹੁੰਦੇ ਨਾ ਉਸਦਾ ਨਾਂ ਅਸੀਂ ਤੁਹਾਨੂੰ ਦੱਸ ਸਕਦੇ ਆ ਸੋ ਹੁਣ ਹਾਲ ਦੀ ਘੜੀ ਜਿਹੜੀ ਜਾਣਕਾਰੀ ਉਹ ਬਾਹਰ ਆਈ ਆ ਇਹ ਹੀ ਆ ਕਿ ਅਗਸਤ 2022 ਦੇ ਵਿੱਚ ਇਸ ਪੁਲਿਸ ਅਧਿਕਾਰੀ ਨੂੰ ਬ੍ਰੀਚ ਆਫ ਅ ਟਰਸਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ ਉਦੋਂ ਤੋਂ ਇਹਨੂੰ ਤਨਖਾਹਾਂ ਸਣੇ ਸਸਪੈਂਡ ਕੀਤਾ ਹੋਇਆ ਸੀ ਇਸ ਕਰਕੇ ਇਹ ਕਾਫੀ ਸਟ्रेस ਦੇ ਵਿੱਚ ਦੱਸਿਆ ਜਾ ਰਿਹਾ ਵੈਸੇ ਚਾਹੇ ਸਰੀ RCMP ਦੀ ਗੱਲ ਕਰ ਲਈਏ ਸਰੀ ਪੁਲਿਸ ਦੀ ਗੱਲ ਕਰ ਲਈਏ ਸ਼ਹਿਰ ਵੱਡਾ ਹੁੰਦਾ ਜਾਂਦਾ ਬੋਝ ਬਹੁਤ ਆ ਅਫੀਸਰਸ ਦੇ ਉੱਤੇ ਕੰਮ ਕਾਜ ਦੇ ਬੋਝ ਕਾਰਨ ਬਹੁਤ ਜ਼ਿਆਦਾ ਸਟ੍ਰੈਸ ਦਿਮਾਗਾਂ ਦੇ ਉੱਤੇ ਹਰ ਵੇਲੇ ਛਾਈ ਰਹਿੰਦੀ ਆ ਕੰਮ ਦਾ ਬੋਝ ਜਿਹੜਾ ਆ ਉਹ ਮਾਨਸਿਕ ਤੰਗੀ ਅਜੰਦਾ ਆ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਣ ਤੋਂ ਬਾਅਦ ਇਹ ਗੱਲ ਕਲੀਅਰ ਹੁੰਦੀ ਆ ਕਿ ਜਿਹੜੀ ਆ ਪੁਲਿਸ ट्रांजिशन ਦਾ ਰੌਲਾ ਆ ਇਹਦੇ ਕਰਕੇ ਵੀ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਆ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਾਤ ਆ ਵੀ ਕੱਲ ਨੂੰ ਜਿਹੜਾ ਕੀ ਹੋਣਾ ਸੋ ਹੁਣ ਸਰੀ RCMP ਵੱਲੋਂ ਸਰੀ ਪੁਲਿਸ ਵੱਲੋਂ ਆਪਣੇ ਅਧਿਕਾਰੀ ਜਿਹੜੇ ਆ ਉਹਨਾਂ ਦੀ ਮੈਂਟਲ ਹੈਲਥ ਵਾਸਤੇ ਉਹਨਾਂ ਨੂੰ ਜਿਹੜੀ ਇਹ ਟ੍ਰੇਨਿੰਗ ਦੇਣ ਵਾਸਤੇ ਹੋਰ ਤਵੱਜੋ ਦਿੱਤੀ ਜਾਊਗੀ। ਸੋ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪਰਿਵਾਰ, ਦੋਸਤਾਂ ਅਤੇ ਸਾਥੀ ਕਰਮਚਾਰੀਆਂ ਵਾਸਤੇ ਇੱਕ ਬਹੁਤ ਮਾੜੀ ਖਬਰ ਸੀ, ਦੁਖਦਾਈ ਖਬਰ ਸੀ। ਸੋ ਹਾਲ ਦੀ ਘੜੀ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।